मानसा सिटी 2 ਵਿੱਚ ਮਾਹੌਲ ਉਸ ਸਮੇਂ ਅਫਰਾ ਤਫਰੀ ਵਾਲਾ ਹੋ ਗਿਆ ਜਦੋਂ ਪਾਰਟੀਆਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੌਰਾਨ ਇੱਕ ਪਾਰਟੀ ਵੱਲੋਂ ਥਾਣੇਦਾਰ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਸਹਾਇਕ ਥਾਣੇਦਾਰ ਕੌਰ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਸੋਨੂੰ ਤਨਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਸਿਵਲ ਹਸਪਤਾਲ ਵਿੱਚ ਦਾਖਲ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਸ ਕੋਲ MDM ਮਾਨਸਾ ਤੋਂ ਇੱਕ ਦਰਖਾਸਤ ਆਈ ਸੀ ਜਿਸ ਦੇ ਸੰਬੰਧ ਵਿੱਚ ਉਹ ਮਨਜੀਤ ਸਿੰਘ ਅਤੇ ਸੋਨੂੰ ਤਨਵਰ ਨੂੰ ਆਮੋ ਸਾਹਮਣੇ ਬਿਠਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੋਨੂੰ ਤਨਵਰ ਨੇ ਤੇਸ਼ ਵਿੱਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ ਥਾਣੇ 'ਚ ਦੋ ਪਾਰਟੀਆਂ ਦਾ ਦਰਖਾਸਤ ਦਿੱਤੀ ਮਨਜੀਤ ਸਿੰਘ ਨੇ ਉਹਦੇ ਸੰਬੰਧ ਦੇ ਵਿੱਚ ਸੋਨੂੰ ਤਨਵਰ ਦੇ ਖਿਲਾਫ ਸੀਗੀ SDM ਸਾਹਿਬ ਵੱਲੋਂ ਮਾਰਕ ਹੋ ਕੇ ਆਈ ਸੀ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਦੋਨੇ ਦੀ ਗੱਲਬਾਤ ਸੁਣ ਰਿਹਾ ਸੀਗਾ ਤਾਂ ਸੋਨੂੰ ਤੰਬਰ ਕਹਿੰਦਾ ਵੀ ਮੈਂ ਵਕੀਲ ਹਾਂ ਮੈਨੂੰ ਕਾਹਦੇ ਵਾਸਤੇ ਬੁਲਾ ਲਿਆ ਮੈਂ ਕਿਹਾ ਭਾਈ ਬੁਲਾਉਣਾ ਤਾਂ ਪੈਣੀ ਹੈ ਦੋਨੇ ਤਰ੍ਹਾਂ ਜਿਹੜੇ ਦਰਖਾਸਤ ਤੇਰੇ ਖਿਲਾਫ ਦਿੱਤੀ ਹੈ SDM ਵੱਲੋਂ ਦਰਖਾਸਤ ਆਈ ਹੈ ਕਹਿੰਦਾ ਭਾਈ ਜੀ SDM ਵੱਲੋਂ ਦਰਖਾਸਤ ਮੇਰੀ ਮੇਰੀ 57 ਕਰਾ ਦੇ ਮੈਂ ਉਹਨੂੰ ਕਿਹਾ ਵੀ 57 ਤੇਰੀ ਕਾਹਦੇ ਵਾਸਤੇ ਕਰਾਉਣੀ ਤੂੰ ਨਾ ਬੈਠਾ ਤੂੰ ਬੱਚਾ ਹੈ ਤੇਰੀ ਮੈਂ ਰਾਜ਼ੀਨਾਮਾ ਕਰ ਦਿਆ ਮੈਂ ਮਨਜੀਤ ਸਿੰਘ ਨੂੰ ਕਿਹਾ ਦੋਨਾਂ ਤੈਨੂੰ ਕਿਹਾ ਹੁਣ ਮੇਰੇ ਤੇ ਰਾਜ਼ੀਨਾਮਾ ਕਰ ਦਿਓ ਇੰਨੀ ਗਲਤ ਪਤਾ ਨਹੀਂ ਕੀ ਹੋਇਆ ਕੀ ਨਾ ਚੱਕ ਕੇ ਅਤੇ ਉਹਨੇ ਇੱਕ ਸੂਆ ਚੱਕ ਕੇ ਜਿਹੜਾ ਸੀ ਸਾਡੇ ਬਰਫ ਵਾਲਾ ਉਹ ਮੇਰੇ ਉੱਥੇ ਤੁਹਾਡੇ ਗਲੀਆਂ ਕੋਲ ਕੱਢਣ ਵਾਸਤੇ ਕਾਗਜ਼ ਹੁੰਦਾ ਸਾਡੇ ਕੋਲ ਪਿਆ ਹੁੰਦਾ ਬਾਕੀ ਹੋਰ ਸਮਾਨ ਵੀ ਪਿਆ ਸੀ ਉਹ ਮੈਂ ਲਿਖਤਬੱਧ ਕਰ ਰਿਹਾ ਸੀ ਉਹ ਚੱਕ ਕੇ ਜਦੋਂ ਮੈਂ ਮਾਰਨ ਲੱਗਿਆ ਤਾਂ ਉੱਥੇ ਜਿਹੜਾ ਚਮਕੌਰ ਸਿੰਘ ਸੀਗਾ ਮੌਕੇ 'ਤੇ ਅਤੇ ਟੋਨੀ ਸਿੰਘ ਸੀਗਾ ਟੋਨੀ ਆਪਣਾ ਪੱਤਰਕਾਰ ਇਹਨਾਂ ਨੇ ਉਹ ਸੂਆ ਫੜ ਲਿਆ ਮੈਂ ਕਿਹਾ ਕੀ ਗੱਲ ਹੋ ਗਈ ਗੱਲ ਇੰਨੇ ਇੰਨੇ ਨੇ ਜਦੋਂ ਮੜਾ ਛੱਡਿਆ ਉਹ ਸੂਆ ਹੋਇਆ ਤਾਂ ਮੇਰੇ ਬੈਠੇ ਦੇ ਕੁਰਸੀ 'ਤੇ ਮੇਰੇ ਨੱਕ 'ਤੇ ਇੱਧਰ ਮਾਰਿਆ ਪਿੱਛੋਂ ਲਿਖੇ ਇੱਧਰ ਮਾਰਿਆ ਕਿ ਮੇਰੇ ਮੇਰਾ ਮੇਰੀ ਪੱਗ ਲਈ ਅਤੇ ਮੇਰਾ ਮੋਢਾ ਫੜ ਲਿਆ ਸ਼ੋਲਡਰ ਪੱਟ ਤਾਂ ਮੇਰੇ ਮੰਗ ਕੀ ਕਰਦੇ ਬਸ ਕੋਈ ਗੱਲ ਹੀ ਨਹੀਂ ਪਤਾ ਲੱਗਿਆ ਮੈਂ ਉਹ ਕਹਿੰਦਾ ਤੂੰ ਮੈਂ ਤੁਹਾਨੂੰ ਸਮਝਾਉਣ ਦੀ ਗੱਲ ਕਰ ਰਿਹਾ ਸੀ ਵੀ ਤੁਹਾਡੀ ਸਮਝੌਤਾ ਕਰਵਾਉਂਦਾ ਸੀ ਇੰਨੀ ਗੱਲ ਕੀਤਾ ਇਸ ਚੱਕ ਕੇ ਸਿਵਲ ਹਸਪਤਾਲ ਦੇ ਡਾਕਟਰ ਇਸ਼ਾਨ ਬਾਂਸਲ ਨੇ ਦੱਸਿਆ ਕਿ ਸਾਡੇ ਕੋਲ ਦੁਪਹਿਰ ਕਰੀਬ 3:15 ਵਜੇ ਥਾਣੇਦਾਰ ਕੌਰ ਸਿੰਘ ਦਾਖਲ ਹੋਏ ਹਨ ਜਿਨ੍ਹਾਂ ਦੇ ਸਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਇਲਾਜ ਜਾਰੀ ਹੈ ਅਤੇ ਪੁਲਿਸ ਨੂੰ ਸੂਚਨਾ ਭੇਜੀ ਗਈ ਹੈ ਉੱਥੇ ਹੀ ਥਾਣਾ ਸਿਟੀ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਕੌਰ ਸਿੰਘ ਦੇ ਬਿਆਨਾਂ ਉੱਪਰ ਸੋਨੂੰ ਤਨਵਰ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਨਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਦਰਖਾਸਤ ਦਿੱਤੀ ਸੀਗੀ ਆਪਣੇ ਸੋਨੂੰ ਤਨਵਰ ਤੋਂ ਅਜੇ ਦੋਨਾਂ ਪਾਰਟੀਆਂ ਨੇ ASI ਕੌਰ ਸਿੰਘ ਨੇ ਥਾਣੇ ਤਲਬ ਕਰਕੇ ਉਹਨਾਂ ਦੀ ਦਰਿਆਫਤ ਕਰ ਲਿਆ ਸੀ ਦੌਰਾਨੇ ਦਰਿਆਫਤ ਜਿਹੜਾ ਇਹ ਸੋਨੂੰ ਤਨਵਰ ਤਹਿਸ ਵਿੱਚ ਆ ਕੇ ਸਹਿ ਸੁਭਾਅ ਬੈਠੇ ASI ਕੌਰ ਸਿੰਘ ਅਤੇ ਉਹਨੇ ਸੋਨੂੰ ਮੁਕਤੀ ਕੀਤੀ ਅਤੇ ਉਸਦੀ ਵਰਦੀ ਨੂੰ ਵੀ ਹੱਥ ਪਾਇਆ ਅਸੀਂ ਉਸ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆ ਸਰ ਕਿਹੜੀ ਕਿਹੜੀ ਧਾਰਾਵਾਂ ਜਿਹੜੀਆਂ ਲਾਈਆਂ 352 186 332 ਦੇ ਤਹਿਤ ਮੁਕੱਦਮਾ ਦਰਜ ਹੈ।